ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਈਕੋ ਸਿੱਖ ਸੰਸਥਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ 4 ਨੁਕਾਤੀ ਪਰਿਆਵਰਣ ਏਜੰਡਾ ਜਾਰੀ ਕੀਤਾ ਗਿਆ ਤਾਂ ਜੋ ਰਾਜ ਦੀ ਆਬੋ ਹਵਾ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਸੰਸਥਾ ਵੱਲੋਂ ਆਉਣ ਵਾਲੀ ਸਰਕਾਰ ਸਾਹਮਣੇ ਪਰਿਆਵਰਣ ਨੂੰ ਬਚਾਉਣ ਲਈ ਅਪੀਲ ਕੀਤੀ ਗਈ। ਪ੍ਰੈਸ ਕਾਨਫਰੰਸ ਵਿੱਚ ਈਕੋ ਸਿੱਖ ਦੇ ਦੱਖਣ ਏਸ਼ੀਆ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ, ਈਕੋ ਸਿੱਖ ਦੀ ਚੇਅਰਮੈਨ ਸੁਪ੍ਰੀਤ ਕੌਰ, ਲੁਧਿਆਣਾ ਦੇ ਇੱਕ ਮਸ਼ਹੂਰ ਉਦਯੋਗਪਤੀ ਅਤੇ ਚੈਂਬਰ ਆਫ ਇੰਡਸਟਰੀਜ਼ ਐਂਡ ਕਮਰਸ਼ੀਅਲ ਅੰਡਰਟੇਕਿੰਗ ਲੁਧਿਆਣਾ ਦੇ ਮੈਂਬਰ ਜਸਪ੍ਰੀਤ ਸਿੰਘ ਤੇ ਹਾਲ ਹੀ ਵਿੱਚ ਗੁਰਦਾਸ ਮਾਨ ਦੇ ਨਵੇਂ ਗੀਤ ਪੰਜਾਬ ਵਿੱਚ ਭਗਤ ਸਿੰਘ ਦਾ ਬਚਪਨ ਦਰਸਾਉਣ ਵਾਲਾ ਬਾਲ ਕਲਾਕਾਰ ਅਗਮਵੀਰ ਸਿੰਘ ਵੀ ਮੌਜੂਦ ਰਿਹਾ। ਸੰਸਥਾ ਦੇ ਬੁਲਾਰਿਆਂ ਵੱਲੋਂ ਪਾਣੀ, ਰੁੱਖ, ਹਵਾ ਅਤੇ ਔਰਗੈਨਿਕ ਖੇਤੀ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਇਹਨਾਂ ਏਜੰਡਿਆਂ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ। ਹਾਂਜੀ, ਸਭ ਤੋਂ ਪਹਿਲਾਂ ਸਾਡਾ ਜਿਹੜਾ ਉਪਰਾਲਾ ਸੀ 7 ਸਾਲ ਤੋਂ ਸਿੱਖ ਵਾਤਾਵਰਨ ਦਿਵਸ ਜਿਹੜਾ ਗੁਰੂ ਹਰ ਰਾਏ ਜੀ ਨੂੰ ਸਮਰਪਿਤ 14 ਮਾਰਚ ਨੂੰ ਗੁਰੂ ਹਰ ਰਾਏ ਜੀ ਦੇ ਗੁਰਗੱਦੀ ਦਿਵਸ ਨੂੰ ਅਸੀਂ ਪਾਪੂਲਰਾਈਜ਼ ਕੀਤਾ ਐਜ਼ ਵਰਲਡ ਸਿੱਖ ਇਨਵਾਇਰਮੈਂਟ ਡੇ, ਜਿਹਦੇ ਕਰਕੇ ਅੱਜ 19 ਦੇਸ਼ਾਂ ਦੇ ਵਿੱਚ ਇਹ ਦਿਵਸ ਮਨਾਇਆ ਜਾਂਦਾ ਅਤੇ ਸਿੱਖ ਸੰਗਤਾਂ ਨੂੰ ਇਹਦੇ ਰਾਹੀਂ ਪਵਨ ਪਾਣੀ ਅਤੇ ਧਰਤੀ ਨਾਲ ਅਸੀਂ ਜੋੜਨ ਦੇ ਵਿੱਚ ਕਾਮਯਾਬ ਹੋਏ ਹਾਂ। ਇਹਦੇ ਹੀ ਤਹਿਤ ਜਿਹੜਾ ਸਾਡਾ ਈਕੋ ਅੰਮ੍ਰਿਤਸਰ ਪ੍ਰੋਜੈਕਟ ਦੇ ਵਿੱਚ ਅਸੀਂ 2000 ਰੁੱਖ ਅਸੀਂ ਅੰਮ੍ਰਿਤਸਰ 'ਚ ਜਿਹੜੇ ਲਾ ਕੇ ਉਹਨੂੰ ਜੀਓ ਟੈਗਿੰਗ ਵੀ ਕੀਤੀਆਂ ਸੰਗਤਾਂ ਦੇ ਸਾਹਮਣੇ ਲਿਆਉਣ ਵਿੱਚ, ਅਤੇ ਨਾਲ ਹੀ ਔਰਗੈਨਿਕ ਲੰਗਰ ਦਾ ਜਿਹੜਾ ਕਨਸੈਪਟ ਹੈ ਅਸੀਂ ਪਿਛਲੇ ਸਾਲ ਉਹਦਾ ਐਲਾਨ ਕੀਤਾ ਸੀ, ਅਤੇ ਇਹਦੇ ਨਾਲ ਮੈਂ ਖੁਸ਼ੀ ਨਾਲ ਦੱਸ ਰਿਹਾ ਕਿ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਔਰਗੈਨਿਕ ਲੰਗਰ ਸ਼ੁਰੂ ਹੋਇਆ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੀ 12 ਏਕੜ ਲੈਂਡ ਜਿਹੜੀ ਸਤਲਾਣੀ ਸਾਹਿਬ ਵਿਖੇ ਔਰਗੈਨਿਕ ਖੇਤੀ ਸ਼ੁਰੂ ਕੀਤੀ, ਅਤੇ ਜਿਹੜੇ ਆਪਣੇ ਨਗਰ ਕੀਰਤਨ ਦੇ ਵਿੱਚ ਅੱਗੇ ਕੂੜਾ ਬਹੁਤ ਫੈਲਦਾ ਸੀ ਉਹਦੇ ਲਈ ਵੀ ਅਸੀਂ ਗ੍ਰੀਨ ਨਗਰ ਕੀਰਤਨ ਦਾ ਜਿਹੜਾ ਕਨਸੈਪਟ ਹੈ ਉਹ ਲਾਂਚ ਕੀਤਾ, ਅਤੇ ਅੱਜ ਆਪਣੇ ਇੰਡੀਆ ਦੇ 21 ਸ਼ਹਿਰਾਂ ਦੇ ਵਿੱਚ ਇਹ ਲਹਿਰ ਗ੍ਰੀਨ ਨਗਰ ਕੀਰਤਨ ਜਿਹੜੇ ਨਗਰ ਕੀਰਤਨ ਉਹਦੇ ਨਾਲ ਕਲੀਨ ਅਪ ਹੋਏ ਨੇ ਪੂਰੇ। ਅਤੇ ਸਟਾਇਰੋਫੋਮ ਦੇ ਅਗੇਂਸਟ ਅਸੀਂ ਜਿਹੜੀ ਇੱਕ ਕੈਂਪੇਨ ਸ਼ੁਰੂ ਕੀਤੀ ਸੀ ਉਹਦੇ ਨਾਲ ਸਟਾਇਰੋਫੋਮ ਦਾ ਜਿਹੜਾ ਰੁਤਬਾ ਹੈ ਉਹ ਸਾਹਮਣੇ ਆ ਗਿਆ ਲੋਕਾਂ ਨੂੰ ਵੀ ਇਹ ਤਾਂ ਕੈਂਸਰ ਕਰ ਸਕਦੀ ਬਿਮਾਰੀ ਦਾ ਘਰ ਹੈ, ਅਤੇ ਜਿਹੜੇ ਆਪਣੇ ਟ੍ਰੈਡੀਸ਼ਨਲ ਪੱਤਲ ਨੇ ਅਤੇ ਟ੍ਰੈਡੀਸ਼ਨਲ ਭਾਂਡੇ ਨੇ ਉਹ ਰਿਵਾਈਵ ਹੋਏ ਨੇ, ਅਤੇ ਸ਼੍ਰੋਮਣੀ ਕਮੇਟੀ ਵੀ ਨੇ ਹੁਣੇ ਹੀ ਇਸ ਕੈਂਪੇਨ ਦੇ ਅੰਡਰ ਹੀ ਆਪਣਾ ਲੋਹੇ ਦੇ ਭਾਂਡਿਆਂ ਨੂੰ ਮੁੜ ਅੱਗੇ ਲਿਆ ਕੇ ਜਿਹਨੂੰ ਐਲਾਨ ਕੀਤਾ ਜਿਹਦੇ ਨਾਲ ਸਾਡੀ ਹੈਲਥ ਬਚੇਗੀ। ਸੋ ਇਹ ਆਪਣੇ ਆਪ 'ਚ ਬੜੀ ਵੱਡੀਆਂ ਕਾਮਯਾਬੀਆਂ ਨੇ। ਇਹਦੇ ਨਾਲ ਹੀ ਅਸੀਂ ਔਰਗੈਨਿਕ ਮੰਡੀ ਦੀ ਵੀ ਜਿਹੜੀ ਪਹਿਲ ਉੱਥੇ ਅੰਮ੍ਰਿਤਸਰ ਵਿਖੇ ਕੀਤੀ ਹੈ, ਸੋ ਇਹ ਸਾਡੀਆਂ ਹੁਣ ਤੱਕ ਦੀਆਂ ਕਾਮਯਾਬੀਆਂ ਨੇ ਜੀ। ਮੈਂ ਕਹਿਣਾ ਚਾਹਾਂਗਾ ਕਿ 14 ਮਾਰਚ ਨੂੰ ਸ਼੍ਰੀ ਗੁਰੂ ਹਰ ਰਾਏ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ। 14 ਮਾਰਚ ਨੂੰ ਸਕੂਲਾਂ, ਆਫਿਸ ਵਿੱਚ ਛੁੱਟੀਆਂ ਹੋਣ ਕਿ ਲੋਕ ਪਾਣੀ ਦੀ ਸੰਸਥਾ ਕਰ ਸਕਣ, ਪਲਾਂਟਸ ਲਗਾ ਸਕਣ, ਅਤੇ ਈਕੋ ਸਿੱਖ ਬਹੁਤ ਉਪਰਾਲੇ ਵੀ ਕਰ ਰਹੀ ਹੈ। ਉਹ ਇਨਵਾਇਰਮੈਂਟ ਬੇਸ ਉੱਤੇ ਫਿਲਮ ਹੈਗੀ ਹੈ, ਆਪਾਂ 26th of March ਨੂੰ ਦਿਖਾ ਰਹੇ ਹਾਂ ਲੁਧਿਆਣੇ ਵਿੱਚ ਇਸ਼ਮੀਤ ਸਿੰਘ ਇੰਸਟੀਟਿਊਟ ਵਿੱਚ। ਸਾਰੇ ਦੇਖਣ ਆਓ ਇਸ਼ਮੀਤ ਸਿੰਘ ਇੰਸਟੀਟਿਊਟ ਵਿੱਚ। ਅਤੇ ਉਹਦੇ ਵਿੱਚ ਮੈਂ ਇੱਕ ਗਰੀਬ ਮਾਲੀ ਦੇ ਬੇਟੇ ਦਾ ਰੋਲ ਕਰ ਰਿਹਾ ਹਾਂ। ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਅਸੀਂ ਖਾਸ ਕਰਕੇ ਉਹ ਕੀਤੀ ਹੈ ਉਹ 14 ਮਾਰਚ ਤੋਂ ਪਹਿਲੇ ਇਸ ਕਰਕੇ ਕੀਤੀ ਹੈ ਕਿਉਂਕਿ 14 ਮਾਰਚ ਨੂੰ ਅਸੀਂ ਗੁਰੂ ਹਰ ਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾਉਂਦੇ ਹਾਂ, ਔਰ ਉਹਨੂੰ ਹੀ ਸਿੱਖ ਇਨਵਾਇਰਮੈਂਟ ਡੇ ਵਜੋਂ ਅਪੀਲ ਕਰਨ ਲਈ, ਮਨਾਉਣ ਦੀ ਅਪੀਲ ਕਰਨ ਲਈ ਸਾਰੇ ਜਥੇਬੰਦੀਆਂ ਨੂੰ ਕਹਿਣਾ ਚਾਹੁੰਦੇ ਸੀ। ਸੋ ਇਸ ਦੇ ਅੰਤਰਗਤ ਅਸੀਂ 4 ਪੁਆਇੰਟ ਦਾ ਗ੍ਰੀਨ ਏਜੰਡਾ ਆਉਣ ਵਾਲੀ ਨਵੀਂ ਸਰਕਾਰ ਨੂੰ ਦਿੱਤਾ ਹੈ, ਜਿਹਦੇ ਅੰਤਰਗਤ ਅਸੀਂ ਉਹਨਾਂ ਨੂੰ ਇਹ ਗੁਜ਼ਾਰਿਸ਼ ਕੀਤੀ ਹੈ ਕਿ ਪਹਿਲਾ ਪੁਆਇੰਟ ਜਿਹੜਾ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਅਸੀਂ ਫੋਰੈਸਟ ਕਵਰ ਜੋ ਪੰਜਾਬ ਦਾ ਇੰਨਾ ਘੱਟ ਗਿਆ ਉਹਨੂੰ ਉੱਚਾ ਕਰਨ ਦੇ ਕੋਈ ਨਾ ਕੋਈ ਪਾਲਿਸੀ ਜਿਹੜੀ ਉਹ ਜ਼ਰੂਰ ਬਣਨੀ ਚਾਹੀਦੀ ਹੈ। ਦੂਜਾ ਪੁਆਇੰਟ ਜਿਹੜੀ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਉਹ ਹੈ ਵਾਟਰ ਨੂੰ ਕੰਜ਼ਰਵ ਕਰਨ ਦਾ। ਸਾਨੂੰ ਸਾਰਿਆਂ ਨੂੰ ਪਤਾ ਹੈ, ਨਾਸਾ ਦੀ ਵੀ ਰਿਪੋਰਟ ਪਿੱਛੇ ਆਈ ਹੈ ਕਿ 3.5 ਤੋਂ 4 ਫੁੱਟ ਪਾਣੀ ਪੰਜਾਬ ਦਾ ਹਰ ਸਾਲ ਨੀਵਾਂ ਹੁੰਦਾ ਚਲਾ ਜਾ ਰਿਹਾ, ਔਰ ਤੁਹਾਨੂੰ ਪਤਾ ਹੈ ਕਿ ਜਿੰਨਾ ਉਹ ਨੀਵਾਂ ਹੁੰਦਾ ਚਲੇ ਜਾਏਗਾ ਉਨੇ ਡੂੰਘੇ ਬੋਰ ਕਰਨੇ ਪੈਣਗੇ ਔਰ ਉਨੀ ਹੋਰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਧਰਤੀ ਦੇ ਥੱਲੋਂ ਉਸ ਪਾਣੀ ਨੂੰ ਕੱਢਣ ਵਾਸਤੇ। ਸੋ ਇਸ ਸਭ ਨੂੰ ਬਚਾਉਣ ਲਈ ਸਾਨੂੰ
ਸਾਨੂੰ ਸਾਡੀ ਧਰਤੀ ਦਾ ਲੈਵਲ ਜਿਹੜਾ ਪਾਣੀ ਦਾ ਲੈਵਲ ਉਹਨੂੰ ਉੱਚਾ ਕਰਨ ਦੀ ਲੋੜ ਹੈ, ਸੋ ਉਹਨੂੰ ਬਚਾਉਣ ਦੀ ਲੋੜ ਹੈ, ਉਹਨੂੰ ਵੇਸਟੇਜ ਤੋਂ ਰੋਕਣ ਦੀ ਲੋੜ ਹੈ, ਚਾਹੇ ਉਹ ਰੇਨ ਫੋਰੈਸਟ ਹਾਰਵੈਸਟਿੰਗ ਦੀ ਗੱਲ ਕੀਤੀ ਜਾਏ ਜਾਂ ਅਸੀਂ ਇਰੀਗੇਸ਼ਨ ਦੀ ਗੱਲ ਕਰੀਏ, ਸੋ ਉਸ ਪਾਣੀ ਨੂੰ ਬਚਾਉਣ ਲਈ ਕੋਈ ਨਾ ਕੋਈ ਪੋਲਿਸੀ ਜਿਹੜੀ ਹੈ ਉਹਦਾ ਬਣਨਾ ਬਹੁਤ ਜ਼ਰੂਰੀ ਹੈ। ਤੀਜਾ ਪੁਆਇੰਟ ਜਿਹੜਾ ਅਸੀਂ ਅੱਜ ਗ੍ਰੀਨ ਏਜੰਡੇ ਦੇ ਅੰਦਰ ਪੇਸ਼ਕਸ਼ ਕੀਤਾ ਹੈ ਉਹ ਹੈ ਕਿ ਸਾਨੂੰ ਸਟੱਬਲ ਬਰਨਿੰਗ, ਜਿਹਨੂੰ ਅਸੀਂ ਪਰਾਲੀ ਸਾੜਨਾ ਕਹਿੰਦੇ ਹਾਂ, ਉਹ ਬੰਦ ਕਰਨੀ ਚਾਹੀਦੀ ਹੈ। ਉਹਦਾ ਬੈਨ ਵੀ ਲੱਗਿਆ ਸੀ ਪਰ ਸਾਨੂੰ ਸਾਰਿਆਂ ਨੂੰ ਪਤਾ ਵੀ ਉਹ ਬੈਨ ਕਿੰਨਾ ਕੁ ਇੰਪਲੀਮੈਂਟ ਹੋਇਆ ਔਰ ਕਿੰਨਾ ਕੁ ਕਿਸਾਨ ਜਿਹੜੇ ਨੇ ਉਹ ਪਰਾਲੀ ਨੂੰ ਹਾਲੇ ਤੱਕ ਸਾੜ ਰਹੇ ਨੇ। ਸੋ ਪਰ ਉਹਦਾ ਇੱਕ ਕਾਰਨ ਜਿਹੜਾ ਮੇਨ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਕਿਉਂ ਸਾੜਦੇ ਨੇ, ਕਿਉਂਕਿ ਉਹਨਾਂ ਕੋਲ ਕੋਈ ਆਲਟਰਨੇਟਿਵਸ ਨਹੀਂ ਨੇ, ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਇਹ ਪਰਾਲੀ ਜਿਹੜੀ ਉਹ ਕਿੱਥੇ ਜਾ ਕੇ ਵੇਚਣ ਅਤੇ ਕਿਵੇਂ ਉਹਨੂੰ ਲਿਜਾਣ। ਉਹ ਟਰਾਂਸਪੋਰਟੇਸ਼ਨ ਕੋਸਟ ਉਹਨਾਂ ਦੀ ਬਹੁਤ ਵੱਧ ਜਾਂਦੀ ਹੈ ਜਿਹਦੇ ਕਰਕੇ ਉਹ ਕਹਿੰਦੇ ਆ ਵੀ ਜੇ ਸਾੜ ਦਿਓ ਤਾਂ ਵਧੀਆ, ਪਰ ਇਹ ਹਵਾ ਨੂੰ ਇੰਨਾ ਦੂਸ਼ਿਤ ਕਰ ਦਿੰਦੀ ਹੈ। ਅਸੀਂ ਦੇਖਦੇ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਰਾਲੀ ਸਾੜੀ ਜਾਂਦੀ ਸੀ ਕਿ ਸਵੇਰੇ ਉੱਠਣ 'ਤੇ ਇੱਕ ਧੁੰਦ ਵਾਂਗੂ ਸਾਨੂੰ ਆਪਣੇ ਆਸੇ ਪਾਸੇ ਆਪਣੇ ਘਰਾਂ ਦੇ ਬਾਹਰ ਦਿਖਦਾ ਸੀ, ਉਹ ਧੁੰਦ ਨਹੀਂ ਹੁੰਦੀ ਸੀ ਬਲਕਿ ਉਹ ਕੀ ਹੁੰਦਾ ਸੀ, ਉਹ ਧੂੰਆਂ ਹੁੰਦਾ ਸੀ ਜੋ ਅਸੀਂ ਉਹਨੂੰ ਇਨਹੇਲ ਕਰਦੇ ਰਹੇ ਹਾਂ ਅਤੇ ਉਹਦੇ ਨਾਲ ਬਿਮਾਰੀਆਂ ਕਈ ਕਿਸਮ ਦੀਆਂ ਜਿਹੜੀਆਂ ਉਹ ਚੰਬੜਦੀਆਂ ਸਾਨੂੰ। ਸੋ ਚੌਥਾ ਜਿਹੜਾ ਪੁਆਇੰਟ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਉਹ ਹੈਗਾ ਕਿ ਸਾਨੂੰ ਔਰਗੈਨਿਕ ਖੇਤੀ ਵੱਲ ਜਿਹੜੀ ਹੈ ਉਹ ਸ਼ਿਫਟ ਲੈਣੀ ਚਾਹੀਦੀ ਹੈ, ਸਾਨੂੰ ਕੈਮੀਕਲਸ ਦੀ ਯੂਜ਼ ਜਿਹੜੀ ਹੈ ਵਰਤੋਂ ਜਿਹੜੀ ਹੈ ਉਹਨੂੰ ਘਟਾਉਣਾ ਚਾਹੀਦਾ ਔਰ ਔਰਗੈਨਿਕ ਫਾਰਮਿੰਗ ਜਿਹੜੀ ਹੈ ਉਹਨੂੰ ਇਨਕਰੇਜਮੈਂਟ ਦੇਣੀ ਚਾਹੀਦੀ ਹੈ ਤਾਂ ਕਿ ਸਾਡੀ ਸਿਹਤ ਜਿਹੜੀ ਹੈ ਉਹ ਠੀਕ ਰਹੇ ਔਰ ਜੋ ਅਸੀਂ ਅੰਦਰ ਕੈਮੀਕਲਸ ਨੂੰ ਖਾ ਖਾ ਕੇ ਖੋਖਲੇ ਹੁੰਦੇ ਜਾ ਰਹੇ ਹਾਂ ਉਹਨੂੰ ਅਸੀਂ ਰੋਕ ਸਕੀਏ। ਬਿਊਰੋ ਰਿਪੋਰਟ, ਬਾਬੂ ਸ਼ਾਹੀ ਟੀਵੀ।